ਪ੍ਰੈਜ਼ੀਡੈਂਟ ਮੁਸਲਾਬਾਦ ਐਸੋਸੀਏਸ਼ਨ। ਅੱਜ ਪਿਛਲੇ 2 ਸਾਲ ਤੋਂ ਜਦੋਂ ਦੀ ਇਲੈਕਸ਼ਨ ਹੋਈ ਹੈ ਉਦੋਂ ਦੇ ਸਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਬਈ ਜਿਹੜਾ ਇੱਥੇ ਸੀਵਰੇਜ ਹੈ ਇਹਦਾ ਕੰਮ ਕਰਾਤਾ ਜਾਏਗਾ। 2 ਸਾਲ ਤੋਂ ਪਹਿਲਾਂ ਵੀ ਇਹੀ ਕੰਮ ਚੱਲਦਾ ਸੀ ਅਤੇ 2 ਸਾਲ ਤੋਂ ਉਹਨਾਂ ਐਸੋਸੀਏਸ਼ਨ ਦਿੱਤਾ ਸੀ ਕਿਉਂਕਿ ਅਸੀਂ ਕਿਹਾ ਸੀ ਅਸੀਂ ਵੋਟਾਂ ਨਹੀਂ ਪਾਉਣੀਆਂ। ਉਹਨਾਂ ਨੇ ਕਿਹਾ ਸੀ ਅਸੀਂ ਜਦੋਂ ਸਰਕਾਰ ਬਣੀ ਸਭ ਤੋਂ ਪਹਿਲਾਂ ਕੰਮ ਕਰਾਂਗੇ। ਅੱਜ 4 ਵਾਰੀ ਅਸੀਂ ਕਹਿ ਚੁੱਕੇ ਹਾਂ, MLA ਸਾਹਿਬ ਨੇ ਕਾਰਪੋਰੇਸ਼ਨ 'ਚ ਫੋਨ ਵੀ ਕਰਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ। ਤੁਸੀਂ ਹਾਲ ਦੇਖੋ, ਜਦੋਂ ਕਾਰਾਂ ਲੰਘਦੀਆਂ ਤਾਂ ਪਾਣੀ ਉੱਡ ਉੱਡ ਕੇ ਦੁਕਾਨਾਂ 'ਚ ਪੈਂਦਾ, ਰੋਜ਼ ਲੜੀਆਂ ਹੁੰਦੀਆਂ, ਲੇਡੀਜ਼ ਕੀਤੀਆਂ ਬੰਦਾਂ। ਅਤੇ ਪਿਛਲੇ ਕਈ ਸਾਲਾਂ ਤੋਂ ਸਿਰਫ ਅਤੇ ਸਿਰਫ ਪਿੱਛੇ ਬਜਟ ਵੀ ਪਾਸ ਕਰਾਤਾ ਗਿਆ ਸੀ ਇਹਦਾ, 19,000 ਰੁਪਈਆ ਉਹਨਾਂ ਨੇ ਪਾਸ ਕਰਤਾ ਸੀ, ਕਹਿੰਦੇ ਵੀ ਉਹ ਪਾਸ ਹੋ ਗਿਆ ਤੁਹਾਡੀ ਪਾਈਪ ਬਦਲਦੀ ਜਾਏਗੀ। ਫਿਰ ਉਹ ਪੈਸਾ ਕਿੱਥੇ ਗਿਆ ਸਾਨੂੰ ਨਹੀਂ ਪਤਾ। ਦੁਬਾਰਾ ਫਿਰ ਉਹਨਾਂ ਨੇ ਕਿਹਾ ਆ ਕੇ ਉਹਨਾਂ ਨੇ ਗਟਰ ਬਣਾ ਤਾ, ਅੱਜ ਤੱਕ ਉਸ ਗਟਰ ਦਾ ਦੇਖੋ ਲੈਂਟਰ ਹੀ ਨਹੀਂ ਖੋਲ੍ਹਿਆ ਗਿਆ। ਜੇ ਉਹ ਆਉਂਦੇ ਨੇ ਸੀਵਰੇਜ ਵਾਲੇ ਵੀਰ ਉਹਨਾਂ ਨੂੰ ਕਹੀਦਾ, ਉਹ ਕਹਿੰਦੇ ਵੀ ਸਾਡੇ ਪਾਸ ਨਹੀਂ ਹੈਗਾ, ਪਾਈਪ ਪੈਣੀ ਹੈ। ਸਿਰਫ 19,000 ਦਾ ਬਜਟ ਸੀ, ਸਰਕਾਰ ਕਰੋੜਾਂ ਰੁਪਈਆ ਉਜਾੜ ਰਹੀ ਹੈ ਜਿਹੜੇ ਸ਼ਹਿਰ ਦੇ ਵਿੱਚ ਪ੍ਰੋਜੈਕਟ ਚਲਾ ਕੇ ਬਰਬਾਦ ਕੀਤਾ ਜਾ ਰਿਹਾ ਪੈਸਾ। ਅਤੇ ਜਿਹੜੇ ਲੋਕ ਅਸੀਂ ਵਸਦੇ ਹਾਂ ਜਿਨ੍ਹਾਂ ਦੀ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ, ਕਾਰਪੋਰੇਸ਼ਨਾਂ ਚੱਲਦੀਆਂ, ਇਹ ਕੌਂਸਲਰ ਬਣਦੇ ਨੇ, ਅਤੇ ਕੀ ਸਾਡੀ ਕੋਈ ਸੁਣਵਾਈ ਨਹੀਂ? ਸਾਡੇ ਘਰਾਂ 'ਚ ਬੱਚੇ ਨਹੀਂ ਹੈਗੇ, ਸਾਡੀਆਂ ਫੈਮਲੀਆਂ ਨਹੀਂ ਹੈਗੀਆਂ, ਸਾਰੇ ਬਿਮਾਰ ਲੋਕ ਪਏ ਨੇ, ਬਜ਼ੁਰਗ ਕਹਿੰਦੇ ਘਰਾਂ ਦੇ ਵਿੱਚ ਪਹਿਲੇ ਗੰਦਾ ਪਾਣੀ ਗਟਰ ਦਾ ਪਾਣੀ ਘਰਾਂ 'ਚ ਆ ਰਿਹਾ, ਕਸਬੇ ਦੀ ਸੁਣਵਾਈ ਕਿੱਥੇ ਆ? ਅਸੀਂ ਸਾਰੇ ਅੱਜ ਤੁਹਾਨੂੰ ਅਪੀਲ ਕਰਦੇ ਹਾਂ ਜਾਂ ਅਸੀਂ ਸਰਕਾਰ ਨੂੰ ਕਹਿੰਦੇ ਹਾਂ, ਜੇ ਇਹਦਾ ਸਲਿਊਸ਼ਨ ਹਫ਼ਤੇ ਦੇ ਅੰਦਰ ਅੰਦਰ ਨਾ ਹੋਇਆ ਅਸੀਂ ਇੱਥੇ ਬੈਨਰ ਲਾ ਦੇਣਾ, ਇਲੈਕਸ਼ਨ ਵਿੱਚ ਕੋਈ ਵੋਟ ਨਹੀਂ ਇੱਥੋਂ ਪਾਏਗਾ, ਕੋਈ ਵੋਟ ਨਹੀਂ, ਅਸੀਂ ਵੋਟ ਦਾ ਬਾਈਕਾਟ ਕਰਾਂਗੇ। ਕੌਂਸਲ ਦੀ ਇਲੈਕਸ਼ਨ, ਜੇ ਕੋਈ ਕੌਂਸਲ ਸਾਡੇ ਕੋਲ ਆਏਗਾ ਉਹਦੀ ਕੋਈ ਸੁਣਵਾਈ ਨਹੀਂ, ਪਹਿਲਾਂ ਆ ਕੇ ਇੱਥੇ ਕੰਮ ਕਰਾਓ। ਕੀ ਨਾਮ ਹੈ ਤੁਹਾਡਾ? ਹਾਂਜੀ, ਇੱਥੇ ਦੇਖੋ ਸਮੱਸਿਆ ਇੰਨੀ ਸੀਵਰੇਜ ਦੀ ਗੰਦੀ ਹੋਈ ਪਈ, ਬੁਰਾ ਹਾਲ ਹੋਇਆ ਪਿਆ ਕਾਰਪੋਰੇਸ਼ਨ ਵੱਲੋਂ। ਜਿੱਥੇ ਜਾਓ ਕਹਿੰਦੇ ਸਟਾਫ ਹੈ ਨਹੀਂ, ਜੇ ਸਟਾਫ ਹੁੰਦਾ ਤਾਂ ਕੰਮ ਕਰਕੇ ਥੋੜ੍ਹੀ ਵਾਰ ਚਲੇ ਜਾਂਦੇ, ਹੋ ਗਿਆ ਕੰਮ। 1 ਮਹੀਨੇ ਤੋਂ ਲਗਾਤਾਰ ਇਹ ਕੰਮ ਸਮੱਸਿਆ ਚੱਲ ਰਹੀ ਹੈ। 15 ਦਿਨ ਪਹਿਲੇ ਆਏ ਸੀਗੇ, ਚਾਲੂ ਕਰਕੇ ਚਲੇ, ਕਹਿੰਦੇ ਜੀ ਸਾਫ਼ ਹੋ ਗਿਆ, ਲੇਕਿਨ ਦੂਸਰਿਆਂ ਨੂੰ ਫਿਰ ਉਹ ਹਾਲ ਹੋ ਗਿਆ। ਦੇਖੋ ਸਾਡੀ ਦੁਕਾਨਾਂ ਬੰਦ ਪਈਆਂ ਆ, ਦੁਕਾਨਾਂ ਬੰਦ ਕਰਨ ਵਾਸਤੇ ਮਜਬੂਰ ਹੈਗੇ ਹਾਂ। ਦੇਖੋ ਕੀ ਹਾਲ ਹੋਇਆ, ਕੀ ਪਾਣੀ ਵਿਕਿਆ ਪਿਆ ਸਾਰਾ ਇੱਥੇ, ਕੋਈ ਕਸਟਮਰ ਇੱਥੇ। ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੋਟਾਂ ਆ ਰਹੀਆਂ, ਤੁਸੀਂ ਇਹਨਾਂ ਦੇ ਨਾਲ ਬਾਈਕਾਟ ਕਰਾਂਗੇ ਜੀ? ਬਿਲਕੁਲ ਹੀ ਕਰਾਂਗੇ। ਇਹ ਕਿੰਨੀ ਦੇਰ ਤੋਂ ਸਮੱਸਿਆ ਚੱਲ ਰਹੀ ਹੈ ਤੁਹਾਡੀ? ਸਮੱਸਿਆ ਤਾਂ ਸਭ ਤੋਂ ਜਲਦੀ ਆ ਰਹੀ ਹੈ, ਲੇਕਿਨ ਵਿੱਚ ਵਿੱਚ ਚਾਲੂ ਕਰ ਦਿੰਦੇ ਸੀਗੇ, ਹੁਣ ਤਾਂ ਲਗਾਤਾਰ ਮਹੀਨਾ ਹੋ ਗਿਆ ਇੱਥੇ ਤੁਹਾਨੂੰ ਉੱਥੇ ਆਇਆ ਨਹੀਂ। ਬੁਰਾ ਹਾਲ, ਖਾਂਸੀ ਦਾ ਕੰਮ ਇੱਥੇ, ਕੋਈ ਕਸਟਮਰ ਇੱਥੇ ਗਲੀ ਵੜ ਕੇ ਰਾਜੀ ਨਹੀਂ, ਉਹ ਜਿਹੜਾ ਵੜਦਾ ਪਿੱਛੇ ਵਾਪਸ ਆ ਜਾਂਦਾ, ਬਦਬੂ ਆਉਂਦੀ ਗਲੀ 'ਚੋਂ। ਇਹ ਪੱਕੇ ਬਾਗ ਦੀ ਮੇਨ ਗਲੀ ਹੈ, ਪੱਕੇ ਬਾਗ ਨੂੰ 12 ਗਲੀਆਂ ਲੱਗਦੀਆਂ। ਕਿੰਨਾ ਕਿੰਨਾ ਨੰਬਰ ਵਾਰਡ ਪੈਂਦਾ? 51 ਨੰਬਰ ਵਾਰਡ ਹੈ ਜੀ। ਇਹ ਕਿਹਨਾਂ ਦੇ ਅੰਡਰ ਆਉਂਦਾ ਹੈ ਵਾਰਡ? ਪਹਿਲੇ ਆਪਣਾ ਸੀਗਾ ਪਾਠਕ ਸਾਹਿਬ ਤੋਂ ਸੀਗੇ, ਤੋਂ ਹੁਣ ਤਾਂ ਪਹਿਲੇ ਵਾਰਡ ਪਤਾ ਲੱਗਿਆ ਕਿਹਨਾਂ ਦਾ ਵਾਰਡ। 1 ਮਹੀਨੇ ਤੋਂ ਮੈਂ ਜੇ ਨੂੰ 2 ਜੇ ਹੈਗੇ ਆ, ਦੋਵਾਂ ਜੇ ਨੂੰ ਰੋਜ਼ ਟੁਨੇਲ ਲੜਨਾ, ਟੈਸਟ ਨੂੰ ਰੋਜ਼ ਕਰਨਾ, ਅੱਜ ਜਾਂਦੇ ਨਹੀਂ, ਕੱਲ੍ਹਾਂ ਨੇ ਗੱਡੀ ਹੈ ਨਹੀਂ, ਬੰਦੇ ਆਉਂਦੇ, ਬੰਦੇ ਕਹਿੰਦੇ ਸਾਡੇ ਕੋਲ ਸਟਾਫ ਹੈ ਨਹੀਂ, ਸਾਡੇ ਕੋਲ ਸੋਟੀਆਂ ਹੈ ਨਹੀਂ, ਇਹਦਾ ਹੱਲ ਅਸੀਂ ਥੋੜ੍ਹਾ ਕਰਨਾ। ਅਤੇ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਤੁਹਾਨੂੰ? ਇਹ 2 ਸਾਲ ਹੋ ਗਏ ਜੀ ਇਹੀ ਸਮੱਸਿਆ ਚੱਲ। ਅਤੇ 2 ਸਾਲ ਦੇ ਵਿੱਚ ਇਹਦਾ ਹੱਲ ਨਹੀਂ ਕੀਤਾ ਕਿਸੇ ਨੇ ਵੀ ਕਾਰਪੋਰੇਸ਼ਨ ਨੇ? ਕੋਈ ਸੁਣਵਾਈ ਨਹੀਂ ਹੈਗੀ। ਹੁਣ ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਆ ਰਹੀਆਂ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਫਿਰ? ਵੋਟਾਂ ਪਾਣੀਆਂ ਨਹੀਂ ਆਪਾਂ, ਜਦੋਂ ਵੋਟਾਂ ਹੁੰਦੀਆਂ ਵੋਟਾਂ ਤੋਂ ਪਹਿਲੇ ਕਈ ਲੀਡਰ ਜਿਹੜੇ ਗਲੀਆਂ ਮੁਹੱਲੇ ਦੇ ਵਿੱਚ ਆਉਂਦੇ ਨੇ ਹੱਥ ਜੋੜ ਕੇ ਵੋਟਾਂ ਮੰਗਦੇ ਨੇ, ਇਸ ਵਾਰ ਵੀ ਆਉਣਗੇ ਕਿ ਉਹਨਾਂ ਨੂੰ ਵੋਟਾਂ ਮਿਲਣਗੀਆਂ? ਨਹੀਂ ਮਿਲਣਗੀਆਂ ਜੀ। ਨਹੀਂ ਮਿਲਣਗੀਆਂ।